ਗੁਰਬਾਣੀ ਵਿੱਚ ਦਰਜ ਹੈ ਕਿ ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ। ਇਹਨਾਂ ਮਹਾਨ ਸ਼ਬਦਾਂ ਉੱਪਰ ਢੁੱਕਦੀ ਇੱਕ ਘਟਨਾ ਫਰੀਦਕੋਟ ਤੋਂ ਹੈ, ਜਿੱਥੇ ਬਾਜ਼ੀਗਰ ਬਸਤੀ 'ਚ ਭਾਰੀ ਮੀਂਹ ਕਾਰਨ ਇੱਕ ਪਰਿਵਾਰ ਉੱਪਰ ਘਰ ਦੀ ਛੱਤ ਟੁੱਟ ਕੇ ਡਿੱਗ ਗਈ ਅਤੇ ਛੱਤ ਥੱਲੇ ਇੱਕ ਮਾਂ ਆਪਣੇ 4 ਸਾਲ ਦੇ ਬੱਚੇ ਨਾਲ ਦੱਬ ਗਈ। ਇਸ ਦੌਰਾਨ ਆਸ-ਪਾਸ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋਏ ਤਾਂ ਫਿਰ ਜ਼ਿੰਦਗੀ ਅੱਗੇ ਮੌਤ ਨੇ ਗੋਡੇ ਟੇਕ ਦਿੱਤੇ। ਦਰਅਸਲ ਕਈ ਘੰਟੇ ਮੁਸ਼ੱਕਤ ਤੋਂ ਬਾਅਦ ਜਦੋਂ ਛੱਤ ਦਾ ਮਲਬਾ ਹਟਾਇਆ ਗਿਆ ਤਾਂ ਮਾਂ ਪੁੱਤਰ ਜਿਉਂਦੇ ਪਰ ਜ਼ਖਮੀ ਹਾਲਤ 'ਚ ਮਿਲੇ। ਇਸ ਤੋਂ ਬਾਅਦ ਦੋਹਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ। ਇੱਥੇ ਦੱਸਣਯੋਗ ਹੈ ਕਿ ਇਹ ਵੀ ਹੈ ਕਿ ਹਸਪਤਾਲ ਵਿੱਚ ਪ੍ਰਬੰਧ ਇੰਨੇ ਮਾੜੇ ਨੇ ਕਿ ਗੰਭੀਰ ਮਰੀਜ਼ਾਂ ਨੂੰ ਬੈੱਡ ਤੱਕ ਨਸੀਬ ਨਹੀਂ ਹੋਇਆ। ਜੀ ਬਾਰਿਸ਼ ਕੱਲ੍ਹ ਬਹੁਤ ਹੋ ਰਹੀ ਸੀਗੀ ਅਤੇ ਰਾਤ ਨੂੰ 11 ਵਜੇ ਦੀ ਗੱਲ ਆ, ਛੱਤ ਡਿੱਗ ਚੁੱਕੀ ਆ ਅਤੇ ਸਾਡੀ ਚਾਚੀ ਅਤੇ ਮੇਰਾ ਬ੍ਰਦਰ ਵਿੱਚ ਆ ਗਏ ਅਤੇ ਉਹਨਾਂ ਦੇ ਵਾਹਵਾ ਸੱਟ ਵੱਜ ਚੁੱਕੀ ਆ ਅਤੇ ਇਸ ਟਾਈਮ ਹਸਪਤਾਲ। ਕਾਰਨ ਕੀ ਹੋਇਆ? ਇਹ ਗਾਡਰ ਟੁੱਟ ਗਿਆ ਜੀ, ਗਾਡਰ ਟੁੱਟ ਗਿਆ, ਕਮਜ਼ੋਰ ਸੀ ਗਾਡਰ, ਉਹ ਪਹਿਲੀ ਦਾ ਵੀ ਗਾਡਰ ਹੀ ਕਮਜ਼ੋਰ ਸੀ, ਉਹ ਵੀ ਡੈਪ ਬਾਰਿਸ਼ ਕਾਰਨ ਹੋਇਆ। ਹਾਂਜੀ ਬਾਰਿਸ਼ ਕਾਰਨ। ਅਤੇ ਕੀ ਫਿਰ ਤੁਸੀਂ ਕੱਢਿਆ ਉਹਨਾਂ ਨੂੰ, ਹੁਣ ਹਾਲਤ ਉਹਨਾਂ ਦੀ ਕਿਸ ਤਰ੍ਹਾਂ ਦੀ? ਗੰਭੀਰ ਹੀ ਆ ਜੀ ਹਾਲਤ, ਜਿਹੜੀ ਤਾਂ ਚਾਚੀ ਆ ਜੀ ਉਹਦੇ ਟਾਂਕੇ ਲੱਗ ਚੁੱਕੇ ਆ ਇੱਥੇ, ਵੈਸੇ ਜਾਨ ਤੋਂ ਬਚ ਗਿਆ ਅਤੇ ਬੱਚੇ ਦਾ ਪੱਟ ਟੁੱਟ ਚੁੱਕਿਆ ਜੀ ਅਤੇ ਇੱਕ ਸੇਲੀ ਦੇ ਟਾਂਕਾ ਲੱਗਿਆ, ਦੋ ਗਿੱਚੀ 'ਚ ਲੱਗਿਆ ਜੀ। ਥੱਲੇ ਫਿਰ ਕਿਵੇਂ, ਕਿਸ ਤਰ੍ਹਾਂ ਕੱਢਿਆ ਤੁਸੀਂ ਛੱਤ, ਜਿਹੜੇ ਸਮਾਨ ਚੱਕੇ? ਕਈ ਨਾਲ ਜੀ, ਅਤੇ ਆਪਣੇ ਜਿਵੇਂ ਹੈਲਪਰ ਸਾਰਿਆਂ ਨੇ ਹੈਲਪ ਕੀਤੀ ਅਤੇ ਕੱਢਿਆ ਉਹਨਾਂ ਨੂੰ, ਸਾਰਿਆਂ ਨੂੰ ਬਸਤੀ ਵਾਲਿਆਂ ਨੇ ਮਤਲਬ ਸਹਿਯੋਗਦਾਨ ਦਿੱਤਾ, ਸਾਡੇ ਨਾਲ ਰਲ ਮਿਲ ਕੇ ਕੱਢੇ। ਸਰ ਮੇਰਾ ਨਾਮ ਜਗਸੀਰ ਸਿੰਘ ਆ, ਜੋ ਮੇਰੇ ਮੌਜੂਦਾ ਐਮ ਸੀ ਆ 22 ਨੰਬਰ ਵਾਰਡ ਤੋਂ ਐਮ ਸੀ ਮੈਡਮ ਹਾਂ। ਅਸੀਂ ਸਰ ਇਹਨਾਂ ਨੂੰ ਮਰੀਜ਼ ਤੋਂ ਜਿਨ੍ਹਾਂ ਦੀ ਛੱਤ ਡਿੱਗੀ ਆ, ਰਾਤ ਇਹਨਾਂ ਨੂੰ ਮੈਂ ਦਾਖਲ ਕਰਾ ਕੇ ਗਿਆ, ਇਹਨਾਂ ਦੀਆਂ ਰਿਪੋਰਟਾਂ ਕਰਾ ਕੇ ਇਹਨਾਂ ਨੂੰ ਮੈਂ ਇੱਥੇ ਦਾਖਲ ਕਰਾ ਗਿਆ। ਪਰ ਬੜੀ ਹੈਰਾਨੀ ਵਾਲੀ ਗੱਲ ਆ ਕਿ ਕੱਲ੍ਹ ਦੇ ਉਹ ਮਰੀਜ਼ ਇੱਥੇ ਦਾਖਲ ਆ, ਉਹਨਾਂ ਨੂੰ ਕੋਈ ਬੈੱਡ ਨਹੀਂ ਮਿਲਿਆ, ਉਹ ਥੱਲੇ ਪਾਇਆ, ਜੋ ਕਿ ਇੰਨੀ ਗੰਦਗੀ ਆ ਕਿ ਉਹਨਾਂ ਨੂੰ ਕੋਈ ਇਨਫੈਕਸ਼ਨ ਹੋ ਸਕਦੀ, ਉਹਦੇ ਸਿਰ ਵਿੱਚ ਲੇਡੀ 60 ਵਜੇ ਆ, ਵੀ ਜਮਾਂ ਹੀ ਕੇਅਰ ਹੈ ਇੱਥੇ, ਵੀ ਬੈੱਡ 'ਤੇ ਥੱਲੇ ਪੈ ਰਹੇ, ਉਹਨਾਂ ਨੂੰ ਕੋਈ ਬੈੱਡ ਨਹੀਂ ਮਿਲਿਆ ਅੱਜ ਤੱਕ ਜੀ। ਕੀ ਕਹਿੰਦੇ ਡਾਕਟਰ ਜੀ ਬੈੱਡ ਵਾਸਤੇ? ਡਾਕਟਰਾਂ ਦੇ ਇੱਥੇ ਦੋ ਦੋ ਪਿਆ ਕਿ ਬੈੱਡ 'ਤੇ ਦੋ ਦੋ ਹੀ ਮਰੀਜ਼ ਪਾਏ, ਅਸੀਂ ਕੀ ਕਰੀਏ ਦੱਸੋ? ਡਾਕਟਰ ਕਹਿੰਦੇ ਬੈੱਡ ਨਹੀਂ। ਹਾਂ ਡਾਕਟਰਾਂ ਦੇ ਅੱਗੇ ਬੈੱਡ 'ਤੇ ਦੋ ਦੋ ਮਰੀਜ਼ ਪਾ ਛੱਡਿਆ ਸੀ, ਅਤੇ ਅਸੀਂ ਕੀ ਕਰੀਏ, ਅਸੀਂ ਕਿੱਥੋਂ ਲੈ ਗਏ ਬੈੱਡ?